ਸ਼ਿਵ ਸ਼ਕਤੀ ਵੀ ਸਾਧ ਸੰਗਤ ਦੀ ਥੱਲੇ ਵਾਲੀ ਅਵਸਥਾ 'ਚ ਹੁੰਦੀ ਹੈ, ਤੁਰੀਆ ਪਾ ਦੇ ਜਾ ਕੇ ਸ਼ਿਵ ਸ਼ਕਤੀ ਵੀ ਨਹੀਂ ਰਹਿੰਦੀ, ਕਿਉਂਕਿ ਸ਼ਿਵ ਸ਼ਕਤੀ ਨੂੰ ਪੈਦਾ ਕਰਨ ਵਾਲਾ ਪਕੜ 'ਚ ਆ ਜਾਂਦਾ। ਆਖੋ ਵਾਹਿਗੁਰੂ, ਆਨੰਦ ਸਾਹਿਬ ਪੜ੍ਹਦੇ ਹਾਂ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਸ਼ਿਵ ਨਾਮ ਚੇਤਨ ਦਾ ਹੈ, ਸ਼ਕਤੀ ਨਾਮ ਮਾਇਆ ਦਾ ਹੈ। ਸ਼ਿਵ ਨਾਮ ਚੇਤਨ ਦਾ ਹੈ ਅਤੇ ਸ਼ਕਤੀ ਨਾਮ ਮਟੀਰੀਅਲ ਦਾ ਹੈ, ਪਦਾਰਥ ਦਾ ਹੈ, ਪੰਜ ਤੱਤਾਂ ਦਾ ਹੈ। ਜੋ ਬਾਹਰ ਮਾਇਆ ਦਾ ਪਸਾਰਾ ਹੈ ਉਹ ਸ਼ਕਤੀ ਹੈ, ਜਿਹੜਾ ਅੰਦਰ ਦੇਖਣ ਵਾਲਾ ਹੈ ਉਹ ਸ਼ਿਵ ਹੈ। ਮਹਾਰਾਜ ਕਹਿੰਦੇ ਸ਼ਿਵ ਸ਼ਕਤੀ ਨੂੰ ਪੈਦਾ ਕਰਨ ਵਾਲਾ ਜਿਹੜਾ ਮੂਲ ਕਰਤਾ ਪੁਰਖ ਹੈ ਉਹ ਸਮਝ ਵਿੱਚ ਆ ਗਿਆ, ਅਤੇ ਬਾਕੀ ਫਿਰ ਸ਼ਿਵ ਸ਼ਕਤੀ ਵਿੱਚ ਲੀਨ ਹੋ ਜਾਂਦੀ ਹੈ। ਆਖੋ ਸ਼੍ਰੀ ਵਾਹਿਗੁਰੂ। ਗੁੱਗੂ ਨਾਥ ਕਹਿੰਦਾ ਮਹਾਰਾਜ ਜਿੱਥੇ ਏਕੰਕਾਰ ਦੀ ਖੇਡ ਹੈ ਉੱਥੇ ਮੇਰੀ ਸੁਰਤ ਟਿਕ ਗਈ ਹੈ, ਤੁਹਾਡੀ ਕਿਰਪਾ ਨਾਲ ਸ਼ਿਵ ਸ਼ਕਤ ਮਿਟ ਗਏ ਹਨ।